ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਇੱਕ ਵੱਡੀ ਤੇ ਅਹਿਮ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜੀ ਹਾਂ ਸੁਖਪਾਲ ਸਿੰਘ ਖੈਰਾ ਦੀ ਗ੍ਰਿਫਤਾਰੀ ਹੋਈ ਹੈ ਸੁਖਪਾਲ ਸਿੰਘ ਖੈਰਾ ਦੀ ਗ੍ਰਿਫਤਾਰੀ ਦੇ ਵਿੱਚ ਇੱਕ ਵੱਡਾ ਖੁਲਾਸਾ ਵੀ ਹੋਇਆ ਹੁਣ ਤੱਕ ਜਿੰਨੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਸੀ ਉਹ ਇਦਾਂ ਆ ਰਹੀਆਂ ਸੀਗੀਆਂ ਕਿ ਸੁਖਪਾਲ ਸਿੰਘ ਖੈਰਾ ਦੀ ਗ੍ਰਿਫਤਾਰੀ ਡਰੱਗ ਕੇਸ ਦੇ ਵਿੱਚ ਹੋਈ ਹੈ ਡਰੱਗ ਤਸਕਰੀ ਦੇ ਇੱਕ ਮਾਮਲੇ ਦੇ ਵਿੱਚ ਹੋਈ ਹੈ ਜੋ ਕਿ ਸਰਾਸਰ ਗਲਤ ਹੈ ਸੁਖਪਾਲ ਸਿੰਘ ਖੈਰਾ ਦੀ ਗ੍ਰਿਫਤਾਰੀ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਦੇ ਤਹਿਤ ਹੋਈ ਹੈ। ED ਵੱਲੋਂ ਇੱਕ ਅਹਿਮ ਜਾਣਕਾਰੀ, ਅਹਿਮ ਖੁਲਾਸਾ ਜਿਹੜਾ ਉਹ ਕੀਤਾ ਗਿਆ। ਤੁਹਾਨੂੰ ਤਫਸੀਲ ਦੇ ਨਾਲ ਸਾਰੀ ਜਾਣਕਾਰੀ ਦੱਸਦੇ ਹਾਂ ਕਿ ਇਹ ਮਾਮਲਾ ਹੈ ਕਿ ਇਹ ਪੂਰਾ ਕਿਵੇਂ ਇਸ ਦੀ ਗ੍ਰਿਫਤਾਰੀ ਹੋਈ ਹੈ, ਸੂਤਰ ਧਾਰਕ ਕੋਣ ਬਣਿਆ, ਇਹ ਸਾਰੀ ਜਾਣਕਾਰੀ ਤੁਹਾਨੂੰ ਦਿੰਦੇ ਹਾਂ। ਸੁਖਪਾਲ ਸਿੰਘ ਖੈਰਾ ਦੀ ਗ੍ਰਿਫਤਾਰੀ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਖਬਰ ਏਜੰਸੀ ANI ਦੇ ਮੁਤਾਬਕ ਸੁਖਪਾਲ ਖੈਰਾ ਦੀ ਗ੍ਰਿਫਤਾਰੀ ਮਨੀ ਲਾਂਡਰਿੰਗ ਕੇਸ ਦੇ ਵਿੱਚ ਹੋਈ ਹੈ, ਨਾ ਕਿ ਡਰੱਗ ਤਸਕਰੀ ਦੇ ਕੇਸ ਦੇ ਵਿੱਚ। ਸੁਖਪਾਲ ਸਿੰਘ ਖੈਰਾ ਦੀ ਗ੍ਰਿਫਤਾਰੀ ਦਿੱਲੀ ਦੀ ED ਟੀਮ ਵੱਲੋਂ ਚੰਡੀਗੜ੍ਹ ਦੇ ਵਿੱਚ ਕੀਤੀ ਗਈ। ਦਰਅਸਲ ਸੁਖਪਾਲ ਖੈਰਾ ਨੂੰ ਇਹ ਕਿਹਾ ਗਿਆ ਕਿ ਚੰਡੀਗੜ੍ਹ ਦੇ ਵਿੱਚ ਤੁਸੀਂ ਆਓ ਸਾਡੇ ਆਫਿਸ ਤੇ ਆਪਣੇ ਬਿਆਨ ਦਰਜ ਕਰਾਓ। ਜਦੋਂ ਹੀ ਸੁਖਪਾਲ ਖੈਰਾ ਉੱਥੇ ਬਿਆਨ ਦਰਜ ਕਰਾਉਣ ਲਈ ਗਏ ਤਾਂ ED ਨੇ ਕਿਹਾ ਕਿ ਤੁਹਾਡੇ ਖਿਲਾਫ ਸਾਡੇ ਕੋਲ ਪੁਖਤਾ ਸਬੂਤ, ਪੁਖਤਾ ਜਾਣਕਾਰੀ ਹੈ ਜਿਸ ਦੇ ਤਹਿਤ ਤੁਹਾਨੂੰ ਗ੍ਰਿਫਤਾਰ ਕੀਤਾ ਜਾਂਦਾ ਔਰ ਉਸ ਵਕਤ ਸੁਖਪਾਲ ਸਿੰਘ ਖੈਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ED ਦੇ ਮੁਤਾਬਕ ਖੈਰਾ ਦੇ ਖਿਲਾਫ ਮਨੀ ਲਾਂਡਰਿੰਗ ਦੇ ਦੋ ਮਾਮਲਿਆਂ ਦੇ ਤਹਿਤ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ED ਦਾ ਦਾਵਾ ਇਹ ਇਹ ਗੱਲ ਧਿਆਨ ਨਾਲ ਸੁਣਨ ਵਾਲੀ ਹੈ ਜੋ ED ਕਹਿ ਰਹੀ ਹੈ ਜਿਸ ਦੇ ਤਹਿਤ ਉਸ ਨੂੰ ਗ੍ਰਿਫਤਾਰ ਕੀਤਾ ਗਿਆ ED ਦੇ ਮੁਤਾਬਕ ਸਾਲ 2016 ਦੇ ਵਿੱਚ ਖੈਰਾ ਜਦੋਂ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਚਿਹਰਾ ਸੀ ਉਹ ਅਮਰੀਕਾ ਜਾਂਦੇ ਨੇ ਅਮਰੀਕਾ ਦੇ ਵਿੱਚ ਉਹਨਾਂ ਨੇ 119000 ਅਮਰੀਕੀ ਡਾਲਰ ਫੰਡ ਵਜੋਂ ਇਕੱਠੇ ਕੀਤੇ ਫਿਰ ਤੋਂ ਦੁਹਰਾ ਦਿੰਦੇ ਆ ਦਰਅਸਲ 2016 ਦੇ ਵਿੱਚ ਖੈਰਾ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਚਿਹਰਾ ਸੀ ਫੰਡ ਰੇISING ਚੱਲੇਗੀ ਉਹ ਅਮਰੀਕਾ ਕੇ ਅਮਰੀਕਾ ਦੇ ਵਿੱਚ ਐਨਆਰਆਈਆਂ ਤੋਂ ਇਹ ਦਾਵਾ ਈਡੀ ਵੱਲੋਂ ਕੀਤਾ ਜਾ ਰਿਹਾ ਹੈ ਕਿ 119000 ਅਮਰੀਕੀ ਡਾਲਰ ਫੰਡ ਵਜੋਂ ਇਕੱਠੇ ਕੀਤੇ ਗਏ ਜੋ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਵਰਤੇ ਜਾਣੇ ਸਿਗੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਈਡੀ ਨੇ ਇਹ ਵੀ ਖੁਲਾਸਾ ਕੀਤਾ ਹੈ ਕਿਸ ਗੱਲ ਤੇ ਪੁਖਤਾ ਰਿਟਰਨ ਦੇ ਵਿੱਚ ਸਬੂਤ ਉਹਨਾਂ ਨੂੰ ਇਸੇ ਸਾਲ ਮਾਰਚ ਵਿੱਚ ਉਹਨਾਂ ਦੇ ਹੱਥ ਲੱਗੇ ਨੇ ਜਦੋਂ ਉਹਨਾਂ ਨੇ ਖੈਰਾ ਦੇ ਘਰ ਤੇ ਰੇਡ ਕੀਤੀ ਸੀ ਇਹ ਰੇਡ ਤਾਂ ਕੀਤੀ ਗਈ ਸੀ ਦੂਜੇ ਮਾਮਲੇ ਦੇ ਵਿੱਚ ਡਰਗ ਤਸਕਰੀ ਦੇ ਮਾਮਲੇ ਦੇ ਵਿੱਚ ਪਰ ਉਸੇ ਦੌਰਾਨ ਈਡੀ ਦੇ ਹੱਥ ਇਹ ਵੀ ਸਬੂਤ ਲੱਗੇ ਨੇ ਈਡੀ ਦੇ ਮੁਤਾਬਕ ਕਿ ਖੈਰਾ ਨੇ ਫੰਡ ਰੇISING ਦੇ ਲਈ ਇ ਇਕੱਠੇ ਕਿਤੇ ਪੈਸੇ ਉਹ ਪੈਸਿਆਂ ਦਾ ਕੋਈ ਹਿਸਾਬ ਕਿਤਾਬ ਹੈ ਜਿਹੜਾ ਉਹ ਨਹੀਂ ਦੱਸਿਆ ਗਿਆ ਈਡੀ ਕਹਿੰਦੀ ਹੈ ਕਿ ਖੈਰਾ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਫੰਡ ਰੇジング ਟ੍ਰਿਪ ਆਮ ਆਦਮੀ ਪਾਰਟੀ ਵੱਲੋਂ ਆਰਗੇਨਾਈਜ਼ ਕੀਤਾ ਗਿਆ ਸੀ ਜਿਸ ਦੀ ਫੰਡਿੰਗ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਫੰਡ ਰੇISING ਜਿਹੜਾ ਇਹ ਕੀਤਾ ਗਿਆ ਸੀਗਾ ਟ੍ਰਿਪ ਇਹ ਆਮ ਆਦਮੀ ਪਾਰਟੀ ਦੇ ਕਹਣ ਤੇ ਹੀ ਉਹ ਅਮਰੀਕਾ ਗਏ ਸੀਗੇ ਪਰ ਫੰਡ ਕਿੰਨਾ ਇਕੱਠਾ ਹੋਇਆ ਕਿੱਥੇ ਇਕੱਠਾ ਹੋਇਆ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਜਦਕਿ ED ਕਹਿ ਰਹੀ ਹੈ 119000 ਅਮਰੀਕੀ ਡਾਲਰ ਜਿਹੜੇ ਉਹ ਖੈਰਾ ਨੇ ਇਕੱਠੇ ਕੀਤੇ ਨੇ ਇਸ ਮਾਮਲੇ ਦੇ ਤਹਿਤ ਖੈਰਾ ਦੀ ਗ੍ਰਿਫਤਾਰੀ ਹੋਈ ਹੈ ਇੱਕ ਹੋਰ ਤੁਹਾਨੂੰ ਜਾਣਕਾਰੀ ਦੇ ਦਈਏ ਕਿ ED ਵੱਲੋਂ ਖੈਰਾ ਦੇ ਖਿਲਾਫ ਡਰਗ ਤਸਕਰੀ ਦੇ ਇੱਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਔਰ ਉਸੇ ਜਾਂਚ ਦੌਰਾਨ ਹੀ ਇਹ ਮਾਮਲਾ ਸਾਹਮਣੇ ਆਇਆ ਸੀਗਾ ਜਿਸ ਦੇ ਤਹਿਤ ਉਹਨਾਂ ਨੂੰ ਪਤਾ ਲੱਗਿਆ ਕਿ ਮਨੀ ਲਾਂਡਰਿੰਗ ਦਾ ਇੱਕ ਮਾਮਲਾ ਵੀ ਹੈ ਜਿਸ ਦੇ ਤਹਿਤ ਸਬੂਤ ਇਕੱਠੇ ਕੀਤੇ ਗਏ ਔਰ ED ਵੱਲੋਂ ਅੱਜ ਗ੍ਰਿਫਤਾਰੀ ਕੀਤੀ ਗਈ ਹੈ ਔਰ ED ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਸਾਡੇ ਕੋਲ ਪੁਖਤਾ ਸਬੂਤ ਨੇ ਜਿਨ੍ਹਾਂ ਦੇ ਤਹਿਤ ਅਸੀਂ ਖਹਿਰਾ ਦੀ ਗ੍ਰਿਫਤਾਰੀ ਕੀਤੀ ਹੈ ਸੁਖਪਾਲ ਸਿੰਘ ਖਹਿਰਾ ਤੇ ਦਿਨ ਵੈਸੇ ਵੀ ਚੰਗੇ ਨਹੀਂ ਚੱਲ ਰਹੇ ਪਹਿਲਾਂ ਆਮ ਆਦਮੀ ਪਾਰਟੀ ਛੱਡੀ ਵਿਰੋਧੀ ਧਿਰ ਦਾ ਵੱਡਾ ਚਿਹਰਾ ਬਣੇ ਉਸ ਤੋਂ ਬਾਅਦ ਵੱਖਰੇਵੇਂ ਆ ਗਿਆ ਆਮ ਆਦਮੀ ਪਾਰਟੀ ਦੇ ਨਾਲ ਖੁਦ ਮੁਖਤਿਆਰੀ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਜਿਸ ਤੋਂ ਬਾਅਦ ਕੁਝ ਸਮਾਂ ਆਪਣੀ ਪਾਰਟੀ ਵੀ ਉਹਨਾਂ ਨੇ ਬਣਾਈ ਆਪਣੀ ਪਾਰਟੀ ਤੋਂ ਵੀ ਮੋਹ ਪੰਗ ਹੋ ਗਿਆ ਕੁਝ ਬਣਿਆ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕਾਂਗਰਸ ਜੁਆਇਨ ਕਰ ਲਈ ਜਿਵੇਂ ਹੀ ਆਮ ਆਦਮੀ ਪਾਰਟੀ ਛੱਡ ਕੇ ਆਪਣੀ ਪਾਰਟੀ ਛੱਡ ਕੇ ਕਾਂਗਰਸ ਉਹਨਾਂ ਨੇ ਜੁਆਇਨ ਕੀਤੀ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਛੁੱਟੀ ਹੋ ਗਈ ਕਾਂਗਰਸ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਦੀ ਛੁੱਟੀ ਹੁੰਦਿਆਂ ਹੀ ਆਪਣੇ ਆਪ ਨੂੰ ਇਕੱਲਾਪਨ ਮਹਿਸੂਸ ਕਰਨ ਲੱਗੇ ਸੁਖਪਾਲ ਸਿੰਘ ਖਹਿਰਾ ਔਰ ਇਸੇ ਦੌਰਾਨ ਹੀ ਉਹਨਾਂ ਦੀ ਮੈਂਬਰਸ਼ਿਪ ਵੀ ਰੱਦ ਹੋ ਗਈ ਐਮਐਲਏਸ਼ਿਪ ਵੀ ਰੱਦ ਹੋ ਗਈ ਔਰ ਸਪੀਕਰ ਵੱਲੋਂ ਉਹ ਐਮਐਲਏਸ਼ਿਪ ਰੱਦ ਕਰ ਦਿੱਤੀ ਗਈ ਇਸੇ ਦੌਰਾਨ ਹੀ ਇਹ ਈਡੀ ਦੇ ਮਸਲੇ ਨੇ ਤੇਜ਼ੀ ਫੜ ਲਈ ਤੇ ਸੁਖਪਾਲ ਸਿੰਘ ਖੈਰਾ ਦੀ ਅੱਜ ਗ੍ਰਿਫਤਾਰੀ ਹੋਈ ਹੈ ਇੱਕ ਵਾਰ ਫਿਰ ਤੋਂ ਦੱਸ ਦਈਏ ਸੁਖਪਾਲ ਸਿੰਘ ਖੈਰਾ ਦੀ ਗ੍ਰਿਫਤਾਰੀ ਖਬਰ ਏਜੰਸੀ ਏਐਨਆਈ ਦੇ ਮੁਤਾਬਕ منی ਲਾਂਡਰਿੰਗ ਮਾਮਲੇ ਦੇ ਵਿੱਚ ਹੋਈ ਹੈ ਜਦਕਿ ਉਹ ਬਲਾ ਤਸਕਰੀ ਵਾਲਾ ਮਾਮਲਾ ਡਰਗ ਤਸਕਰੀ ਵਾਲਾ ਮਾਮਲਾ ਹਲੇ ਚੱਲ ਰਿਹਾ ਹੈ ਉਸ ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਸਿਰਫ منی ਲਾਂਡਰਿੰਗ ਵਾਲੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਅਮਰੀਕਾ ਦੇ ਵਿੱਚ 119000 ਅਮਰੀਕੀ ਡਾਲਰ ਫੰਡ ਵਜੋਂ ਇਕੱਠੇ ਕੀਤੇ ਗਏ ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਇਸੇ ਦੇ ਤਹਿਤ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਸੋ ਹੁਣ ਅੱਗੇ ਕੀ ਬਣੇਗਾ ਅੱਗੇ ਇਸ ਮਾਮਲੇ ਦੇ ਵਿੱਚ ਕੀ ਹੋਏਗਾ ਅੱਜ ਉਹਨਾਂ ਦਾ ਮੈਡੀਕਲ ਵੀ ਹੋ ਗਿਆ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਵੀ ਕਰ ਦਿੱਤਾ ਗਿਆ ਹੁਣ ਇਸ ਪੂਰੇ ਮਾਮਲੇ ਤੇ ਨਜ਼ਰ ਬਣੀ ਰਹੇਗੀ ਈਡੀ ਵੱਲੋਂ ਹੋਰ ਖੁਲਾਸੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਲੋਕਾਂ ਦੀਆਂ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਨਜ਼ਰ ਬਣੀ ਰਹੇਗੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਇੱਕ ਵੱਡਾ ਸਿਆਸੀ ਉਥਲ ਪੁਥਲ ਹੋਇਆ ਸੁਖਪਾਲ ਸਿੰਘ ਖਹਿਰਾ ਈਡੀ ਨੇ ਤਰ ਲਿਆ ਦੇਸ਼ ਤੋਂ ਨਹੀਂ ਤੇ ਬਾਕੀ ਖਬਰਾਂ ਲਈ ਬਣੇ ਰਹੋ ਪੀਟੀਸੀ ਨਿਊਜ਼ ਦੇ ਨਾਲ ਧੰਨਵਾਦ